मेरी गल सुनो, मेरे ना ब्याह कर लो, मैं थोड़ी नहीं है। वेखो ना बदतमीजी की जी ना थप्पड़ अगे भी नहीं जी। दोस्तों मैं खान अली ते टाइटल दा जे तुहानू पता लग गया, अज फिर मैं शीजा बट नाल प्रैंक कीता है, जिहड़ी स्टेज दी एक सुपरस्टार एक्टर है। अज ईद दा दिन ने, अज उहदे घर आ के मैं प्रैंक कीता वे, कैमरे छुपा के मेरी सपोर्ट कीती है। ए भाई ने, ए शीजा बट दे गार्ड ने, इन्होंने मेरी बड़ी सपोर्ट कीती है। ते इस वीडियो नू ज़्यादा तो ज़्यादा लाइक करना है, शेयर करना है, कमेंट करना है। जिन्हें भी मैनू चाहन वाले ने, प्यार करन वाले ने, सारयां नू, छोटियां नू, वड्डियां नू ईद मुबारक होवे। ते भाई जान वीडियो नू ज़्यादा तो ज़्यादा शेयर करया जे, लाइक करया जे, फिर मैं अगला पार्ट भी सोच के इन्हां नाल करां जरूर। ते वीडियो नू ज़्यादा तो ज़्यादा लाइक करना। पाकिस्तान जिंदाबाद। ते जाके जरा भाई जान उन्हां नू भेजिया जी, पता ना लगन दिया जी, अल्लाह दा वास्ता जी, मेहरबानी सर। ਅਸੀਂ ਵੇਲੇ ਲੋਕ, ਅਸੀਂ ਵੇਲੇ ਲੋਕ, ਅਸੀਂ ਵੇਲੇ ਲੋਕ ਵੇਲੇ। ਅਸਲਾਮ ਅਲੈਕੁਮ। ਇੱਥੇ ਅੰਦਰ ਕਿਵੇਂ? ਮੈਡਮ ਜੀ ਈਦ ਮਿਲਣ ਵਾਸਤੇ ਆਏ ਹਾਂ ਤੁਹਾਨੂੰ। ਈਦ ਮਿਲਣ ਵਾਸਤੇ ਤਾਂ ਤੁਸੀਂ ਅੰਦਰ ਡਾਇਰੈਕਟ ਕਿਸ ਤਰ੍ਹਾਂ ਆ ਗਏ? ਮੈਡਮ ਜੀ ਉਹ ਗੇਟ ਖੁੱਲ੍ਹਿਆ ਸੀ ਤੁਹਾਡਾ ਅਤੇ ਮੈਂ ਅੰਦਰ ਆ ਗਿਆ, ਅੰਦਰ ਆ ਕੇ ਮੈਂ ਬੈਠਾ ਸਾਂ। ਨਹੀਂ ਅੰਦਰ ਵਾੜਿਆ ਕਿੰਨੇ ਵੇ? ਮੈਂ ਆਪ ਹੀ ਆਇਆ ਵਾਂ, ਗੇਟ ਜਿਹੜਾ ਸੀ ਨਾ ਖੁੱਲ੍ਹਿਆ ਸੀ ਅਤੇ ਮੈਂ ਉਸ ਗੇਟ ਰਾਹ ਆ ਗਿਆ ਅਤੇ ਈਦ ਮਿਲਣ ਆਇਆ ਵਾਂ ਅਤੇ ਤੁਹਾਨੂੰ ਤੁਹਾਡੇ ਅੰਦਰ ਵਾੜਿਆ ਕਿੰਨੇ ਵੇ ਉਹਦਾ ਨਾਂ ਤਾਂ ਦੱਸੋ। ਅੰਦਰ ਕਿਸ ਤਰ੍ਹਾਂ ਆਏ? ਬਾਹਰ ਦਾ ਦਰਵਾਜ਼ਾ ਬੰਦ ਸੀ। ਤੇ ਬੰਦ ਸੀ ਕਦੋਂ ਸੀ? ਖੁੱਲ੍ਹਿਆ ਸੀ। ਤੁਸੀਂ ਮਿਲਣ ਆਏ? ਤੇ ਮੈਡਮ ਜੀ ਤੁਹਾਡੇ ਆਸੇ ਵੇਖੋ, ਕੇਕ ਸ਼ੇਕ ਲੈ ਕੇ ਆਇਆ, ਹਰ ਚੀਜ਼ ਲੈ ਕੇ ਆਇਆ ਵਾਂ। ਕੇਕ ਤੁਸੀਂ ਇੱਥੇ ਰੱਖੋ ਨਾ, ਪਹਿਲੇ ਮੈਨੂੰ ਦੱਸੋ ਤੁਹਾਨੂੰ ਵਾੜਿਆ ਕਿੰਨੇ ਕਿੰਨੇ ਅੰਦਰ ਵਾੜਿਆ? ਮੈਡਮ ਅੱਜ ਈਦ ਦਾ ਦਿਨ ਸੀ, ਮੇਰਾ ਈਦ ਦਾ ਦਿਨ ਖਰਾਬ ਕਰਨ ਵਾਸਤੇ ਆ ਗਏ? ਨਹੀਂ ਮੈਡਮ ਜੀ, ਮੈਂ ਈਦ ਵੇਖੋ ਜੀ ਤੁਹਾਨੂੰ ਸਿਰਫ ਈਦ ਮਿਲਣ ਆਇਆ, ਈਦ ਮੁਬਾਰਕ ਕਰਨ ਆਇਆ ਵਾਂ। ਹਲੇ ਤੇ ਕਿਸੇ ਨੇ ਈਦ ਮੁਬਾਰਕ ਨਹੀਂ ਕੀਤੀ, ਪਹਿਲੇ ਮਨਹੂਸ ਮੂੰਹ ਮੇਰੇ ਮੱਥੇ ਲੱਗ ਗਿਆ। ਮੈਡਮ ਜੀ ਕੀ ਹੋ ਗਿਆ? ਮੈਂ ਤੇ ਵੇਖੋ ਵੇਖ ਐਡੇ ਪਿਆਰ ਨਾਲ ਚਾਹ ਦੇ ਨਾਲ ਦਰਵਾਜ਼ਾ ਖੁੱਲਾ ਸੀ ਜੀ। ਜੀ ਤੁਹਾਡੀ ਮਿਹਰਬਾਨੀ, ਮੈਂ ਤਾਂ ਹਲੇ ਡਰਾਮਾ ਕਰਨ ਜਾ ਰਹੀ ਹਾਂ, ਸ਼ਾਲੀ ਮਾਰ ਜਾ ਰਹੀ ਹਾਂ, ਤਾਂ ਤੁਸੀਂ ਮੈਨੂੰ ਟੈਨਸ਼ਨ ਪਾ ਦਿੱਤੀ ਤੇ ਅੰਦਰ ਆਏ ਕਿਵੇਂ? ਤੂੰ ਤਾਂ ਤੁਸੀਂ ਬੈਠੇ ਹੋਏ ਤੇ ਮੇਰੇ ਘਰ ਦੇ ਅੰਦਰ। ਤੇ ਕੀ ਹੋ ਗਿਆ ਮੈਡਮ ਜੀ? ਮੈਂ ਕੋਈ ਚੋਰ ਚਕੱਕਾ ਥੋੜੀ ਹਾਂ, ਕੋਈ ਚੋਰ ਚਕੱਕਾ ਥੋੜੀ ਹਾਂ। ਨਹੀਂ ਤੇ ਮੈਨੂੰ ਫੋਨ ਕਰਕੇ ਆਉਣਾ ਸੀ ਨਾ ਕਿ ਮੈਂ ਠੇਕਾ ਲਿੱਤਾ ਹੈ ਕਿ ਅਲੀ ਨਹੀਂ ਆਉਣਾ। ਤੇ ਮੈਡਮ ਜੀ ਮੈਂ ਤੁਹਾਨੂੰ ਕੋਈ ਤੰਗ ਤੇ ਨਹੀਂ ਕਰਦਾ, ਮੈਂ ਨਾ ਪਰੇਸ਼ਾਨ ਕਰਨਾ ਵਾ, ਵੇਖ ਲਓ। ਨਹੀਂ 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 ਇਹ ਗਲਤ ਗੱਲ ਹੈ, ਮੇਰਾ ਪਿੱਛਾ ਛੱਡ ਦੇ, ਖੁਦਾ ਦਾ ਵਸ ਕੀ ਚਾਹੀਦਾ? ਇੰਨੀ ਦੁਨੀਆ ਦੇ ਵਿੱਚ ਅੱਗੇ ਮੇਰਾ ਮਜ਼ਾਕ ਬਣਾ ਕੇ ਰੱਖਿਆ, ਹੁਣ ਕੀ ਚਾਹੀਦਾ ਮੇਰੇ ਕੋਲੋਂ? ਤੇ ਮੇਰੇ ਕੋਲ ਕੁਝ ਵੀ ਨਹੀਂ, ਬਸ ਤੁਸੀਂ ਜਿਹੜਾ ਨਾ ਇੱਕ ਦਿਲ ਦੀ ਗੱਲ ਕਰਨੀ ਹੈ ਤੁਹਾਡੇ ਨਾਲ। ਕੀ ਦਿਲ ਦੀ ਗੱਲ ਕਰਨੀ ਹੈ? ਤੁਸੀਂ ਮੇਰੇ ਨਾਲ ਵਿਆਹ ਕਰ ਸਕਦੇ ਹੋ, ਵਿਆਹ ਕਰ ਸਕਦੇ ਹੋ। ਓ ਤੂੰ ਪਾਗਲ ਹੈ, ਕਿਸ ਲਈ ਮੈਂ ਵਿਆਹ ਕਰਨਾ? ਵੇਖੋ ਜੀ ਪਿੱਛੇ ਵੀ ਤੁਹਾਡਾ ਐਡਾ, ਤੁਸੀਂ ਉਹ ਰੋਲਾ ਚੱਲਿਆ ਸੀ ਵਿਆਹ ਦਾ, ਉਹ ਤੁਹਾਡੇ ਵਿਆਹ ਦਾ ਹੀ ਰੋਲਾ ਚੱਲਿਆ ਸੀ ਕਿ ਹਰ ਬੰਦਾ ਤੁਹਾਡੇ ਨਾਲ ਕਹਿ ਰਿਹਾ ਕਿ ਅਸੀਂ ਤੁਹਾਡੇ ਸ਼ੋਹਰ ਹਾਂ, ਅਸੀਂ ਤੁਹਾਡੇ ਸ਼ੋਹਰ ਹਾਂ, ਮੈਨੂੰ ਵੀ ਸ਼ਾਮਿਲ ਕਰ ਲਓ। ਸ਼ੋਹਰ ਉਹ ਜਿਹੜਾ ਪਾਗਲ ਬੰਦਾ, ਉਹ ਜਿਹੜਾ ਪਾਗਲ ਬੰਦਾ ਹੁੰਦਾ ਉਹ ਮੇਰਾ ਸ਼ੋਹਰ ਹੋ ਜਾਂਦਾ ਹੈ। ਹਰ ਪਾਗਲ ਬੰਦਾ ਤੇ ਮੇਰਾ ਕਹੀ ਜਾਂਦਾ ਮੈਂ ਸ਼ੋਹਰ ਹਾਂ, ਮੈਂ ਸ਼ੋਹਰ ਹਾਂ, ਤੇ ਹਰ ਬੰਦੇ ਨੂੰ ਮੈਂ ਸ਼ੋਹਰ ਬਣਾ ਲਾਂ। ਮੈਡਮ ਜੀ ਇਸ ਤਰ੍ਹਾਂ ਮੇਰਾ ਵੀ ਤੇਰੇ ਕੋਲ ਹੈ ਕੀ? ਮੇਰੀ ਗੱਲ ਸੁਣ ਨਾ, ਤੇਰੇ ਕੋਲ ਘਰ ਹੈ ਨਾ ਕੋਈ, ਬਾਹਰ ਹੈ ਨਾ ਕੋਈ ਗੱਡੀ ਹੈ ਨਾ ਕੋਈ ਕੁਛ, ਮੇਰਾ ਖਰਚਾ ਅਫੋਰਡ ਕਰ ਲੇਗਾ? ਮੈਡਮ ਜੀ ਮੈਂ ਤੁਹਾਨੂੰ ਰੋਜ਼ ਲੱਤਾਂ ਤੁਹਾਡੀਆਂ ਘੁੱਟ ਕੇ ਸੋਵਾਂਗਾ। ਉਹ ਬਸ ਕਾਜਾ, ਮੈਂ ਲੱਤਾਂ ਕੀ, ਮੇਰੀ ਲੱਤਾਂ ਕਿਉਂ ਘੁੱਟ ਕੇ ਸੋਏਗਾ? ਤੂੰ ਪਾਗਲ ਹੈ? ਆਪਣਾ ਵਿੱਢ ਵੇਖ, ਆਪਣਾ ਮੂੰਹ ਵੇਖ, ਉਹ ਖੁਦਾ ਦਾ ਵਾਸਤਾ ਮੈਂ ਤੇਰੀ ਇੰਨੀ ਇੱਜ਼ਤ ਕਰਨੀ ਹੈ, ਮੇਰਾ ਪਿੱਛਾ ਛੱਡ ਦੇ, ਕੀ ਹੈ ਕੀ ਸਿਆਪਾ ਕੀ ਹੈ? ਮੈਂ ਤੁਹਾਡੇ ਨਾਲ ਵਿਆਹ ਕਰਨਾ ਹੋਵੇ ਤੁਹਾਡੀ ਮਿਹਰਬਾਨੀ ਹੈ ਤੁਹਾਡੇ। ਮੇਰੇ ਨਾਲ ਕਿਉਂ ਵਿਆਹ ਕਰਨਾ? ਤੂੰ ਵੇਖੋ ਨਾ ਤੁਹਾਡੀ ਤੁਹਾਡਾ ਮੇਰੇ ਘਰ ਤੇ ਨਜ਼ਰ ਹੈ ਤੇਰੀ ਜਾਂ ਮੇਰੇ ਤੇ ਨਜ਼ਰ ਹੈ? ਕੀ ਕਿਸ ਚੀਜ਼ ਦੀ? ਕਿ ਤੇਰੇ ਕੋਲ ਪੈਸੇ ਨਹੀਂ ਕਮਾ ਨਹੀਂ ਸਕਦਾ, ਤੈਨੂੰ ਅੱਲਾ ਨੂੰ ਹੱਥ ਨਹੀਂ ਦਿੱਤੇ, ਲੁੱਲਾ ਲੰਗੜਾ ਕੀ ਹੈ? ਮੈਡਮ ਜੀ ਕੰਮ ਨਹੀਂ ਕਰ ਸਕਦਾ ਮੈਂ ਨਾ, ਤੇ ਕੰਮ ਨਹੀਂ ਕਰ ਸਕਦੇ, ਮੇਰੀ ਕਮਾਈ ਖਾਣੀ ਹੈ? ਹੋਰ ਜੀ ਤੁਸੀਂ ਐਡੇ ਸੁਪਰਸਟਾਰ ਹੋ, ਵੇਖੋ ਨਾ ਤੁਹਾਡੀ। ਅੱਛਾ ਜਾ ਤੇਰੀ ਮਿਹਰਬਾਨੀ, ਮੈਂ ਤੇ ਆਪਣੇ ਘਰ ਅਥਰਾ ਨਹੀਂ ਵੀ ਛੁਪ ਕੇ ਪਈ ਹਾਂ, ਕਿਸੇ ਨੂੰ ਪਤਾ ਵੀ ਨਹੀਂ ਹੈ। ਅੱਛਾ ਇੱਥੇ ਤਾਂ ਬੁਲਾ, ਤੈਨੂੰ ਡਰੈਸ ਕਿਹਨੇ ਦਿੱਤਾ? ਮੈਨੂੰ ਕਿਸੇ ਨੇ ਨਹੀਂ ਡਰੈਸ ਦਿੱਤਾ, ਮੈਨੂੰ ਪਤਾ ਵੀ ਤੁਸੀਂ, ਤੁਹਾਡੇ ਦੋ ਘਰ ਨੇ, ਇੱਕ ਇੱਥੇ ਵੀ ਦੇਖੋ ਜਿਹੜਾ ਪਿਛਲੇ ਘਰ ਆਇਆ। ਹਾਂ ਤੇ ਮੈਂ ਫਿਰ ਆ ਗਿਆ, ਬੂਆ ਖੁੱਲ੍ਹਿਆ ਸੀ, ਮੈਂ ਆ ਗਿਆ ਸਾਂ। ਬੂਆ ਤੇ ਖੁੱਲ੍ਹਿਆ ਨਹੀਂ, ਸਾਡੇ ਬੂਏ ਨੂੰ ਹਮੇਸ਼ਾ ਲੋਕ ਲੱਗਿਆ ਹੁੰਦਾ, ਕਿਹੜਾ ਪਾਗਲ ਦਾ ਬੱਚਾ ਕਹਿੰਦਾ ਪਿਆ ਕਿ ਬੂਆ ਖੁੱਲ੍ਹਾ ਹੁੰਦਾ? ਤੇ ਮੈਡਮ ਜੀ ਤੁਹਾਡਾ ਬੂਆ ਖੁੱਲ੍ਹਿਆ ਸੀ ਤੇ ਮੈਂ ਆ ਗਿਆ। ਮੇਰੀ ਗੱਲ ਸੁਣੋ, ਮੇਰੇ ਨਾਲ ਵਿਆਹ ਕਰ ਲਓ, ਮੈਂ ਤੁਹਾਡੀਆਂ ਨਹੀਂ ਆ। ਵੇਖੋ ਨਾ ਬਦਤਮੀਜੀ ਕੀਤੀ ਜੀ ਨਾ ਥੱਪੜ ਅੱਗੇ ਵੀ ਨਹੀਂ ਆਇਆ।
ਵੇਖੋ ਤੁਸੀਂ ਬਦਤਮੀਜ਼ੀ ਨਹੀਂ ਤੁਸੀਂ ਮੇਰੇ ਹਰ ਵਾਰੀ ਮੈਨੂੰ ਇਸ ਤਰ੍ਹਾਂ ਕਿਉਂ ਕਰਦੇ ਹੋ ਮੈਂ ਗੇਟ ਭਾਜੀ ਗੇਟ ਇੱਕ ਮਿੰਟ ਕੀ ਹੋ ਗਿਆ ਕੀ ਹੋ ਗਿਆ ਮੈਡਮ ਮੈਂ ਇੱਕ ਮਿੰਟ ਉਹ ਮੈਂ ਇੱਕ ਮਿੰਟ ਮੈਂ ਉੱਠ ਜਾਣਾ ਉਹ ਇੱਕ ਮਿੰਟ ਵੇਲੇ